ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅਗੀਤ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਧੰਨਵਾਦ ਨਾਲ ਜੋੜਨ ਲਈ। ਤੁਹਾਡੇ ਵਾਲੀ ਗੁੱਡ ਮਾਰਨਿੰਗ ਹੈ ਜੀ। ਤੁਹਾਡੀ ਗੁੱਡ ਈਵਨਿੰਗ, ਕੀ ਹਾਲ ਚਾਲ? ਇੰਡੀਆ ਦਾ ਠੀਕ ਠਾਕ ਹੈ, ਪੰਜਾਬ ਦਾ ਖਾਸ ਕਰਕੇ? ਵਧੀਆ ਹਾਲ। ਹਾਂ, ਅੱਜ ਬਾਰਿਸ਼ ਬਹੁਤ ਹੋਈ ਹੈ, ਪਟਿਆਲੇ ਵਿੱਚ ਤਾਂ ਬਹੁਤ ਬਾਰਿਸ਼ ਹੋਈ ਹੈ ਅੱਜ। ਠੰਡ ਦਾ ਮੌਸਮ ਥੋੜਾ ਹੋਇਆ, ਮੌਸਮ ਚੇਂਜ ਹੋ ਰਿਹਾ। ਵੈਸੇ ਉਹ ਮੌਸਮ ਤਾਂ ਕਾਫੀ ਗਰਮੀ ਰਹੀ ਆ ਇੱਧਰ ਉੱਤਰੀ ਭਾਰਤ ਵਿੱਚ। ਇੰਡੀਆ ਜਾ ਰਹੇ ਹੋ ਤਾਂ ਸੱਤ, ਅੱਠ, ਨੌ, ਚੌਦਾਂ ਤੇ ਪੰਦਰਾਂ ਨੂੰ ਐਡਵਾਂਸ ਪੋਲਿੰਗ ਹੈ, ਵੋਟ ਪਾ ਕੇ ਪਲੀਜ਼ ਜ਼ਰੂਰ ਜਾਇਓ, ਬਿਕਾਜ਼ ਤੁਹਾਡੀ ਵੋਟ ਬਹੁਤ ਕੀਮਤੀ ਹੈ। ਇੰਡੀਆ ਦੀ ਗੱਲਬਾਤ ਕਰੀਏ ਅਕੀਤਾ ਸਾਹਿਬ, ਤਾਂ ਅੱਜ ਇਸ ਵੇਲੇ ਹਿੰਦੀ ਡੇ ਜਾਂ ਹਿੰਦੀ ਦਿਵਸ ਮਨਾਇਆ ਜਾ ਰਿਹਾ ਜੀ ਭਾਰਤ ਦੇ ਵਿੱਚ। ਹਿੰਦੀ ਦਿਵਸ ਨੂੰ ਲੈ ਕੇ ਕਾਫੀ ਚਰਚਾਵਾਂ ਨੇ ਹਿੰਦੀ ਪ੍ਰਤੀ, ਕੁਛ ਪੰਜਾਬੀ ਲੋਕਾਂ ਵੱਲੋਂ ਕੋਈ ਠੀਕ ਨੀ ਗੱਲ ਮੰਨੀ ਜਾ ਰਹੀ, ਹਿੰਦੀ ਨੂੰ ਵਿਰੋਧੀ ਮੰਨਿਆ ਜਾ ਰਿਹਾ ਆਪਣੇ ਪੰਜਾਬੀ ਦੀ, ਕਿ ਹਿੰਦੀ ਵਾਲੇ ਬੰਦੇ ਜਿਹੜੇ ਹੈਗੇ ਆ ਜਬਰਦਸਤੀ ਪੰਜਾਬੀ ਲੋਕਾਂ ਨੂੰ ਹਿੰਦੀ ਬੋਲਣ ਦੀ ਗੱਲ ਕਰਦੇ ਆ। ਪੰਜਾਬ ਦੇ ਸਕੂਲ ਖੁੱਲੇ ਨੇ, ਖੁੱਲੇ ਨੇ, ਖਾਸ ਕਰਕੇ RSS ਦੇ ਸਕੂਲ ਹੈ, ਇਹਨਾਂ ਵਿੱਚ ਪੰਜਾਬੀ ਬੋਲਣਾ ਬਾਜ਼ਿਦ ਕਰਦੇ ਆ, ਤੇ ਏਦਾਂ ਦੀ ਗੱਲ ਆ ਕਿ ਪੰਜਾਬੀ ਦੇ ਪ੍ਰਤੀ ਬੇਰੁਖੀ ਦਿਖਾਈ ਜਾ, ਇਸ ਕਰਕੇ ਥੋੜਾ ਹਿੰਦੀ ਨੂੰ ਕਦੇ ਵੈਸੇ ਹਿੰਦੀ ਸਾਡੇ ਭਾਰਤ ਦੀ ਸੰਪਰਕ ਭਾਸ਼ਾ ਹੈਗੀ ਆ, ਤੇ ਹਿੰਦੀ ਕਾਫੀ ਪਤਵਰ ਹੋ ਰਹੀ ਹੈ। ਦੇਖੋ, ਹਿੰਦੀ ਨੂੰ ਆਪਾਂ ਏਦਾਂ ਨੀ ਕਰ ਸਕਦੇ ਕਿ ਪਿੱਛੇ ਰਹਿ ਗਈ ਆ, ਪਰ ਜੇਕਰ ਆਖੀਏ ਆਪਾਂ ਭਾਸ਼ਾਵਾਂ ਦੇ ਵਿੱਚ ਰਾਜਨੀਤੀ ਜਦੋਂ ਆ ਜਾਂਦੀ ਹੈ ਤਾਂ ਭਾਸ਼ਾਵਾਂ ਦਾ ਨੁਕਸਾਨ ਬਹੁਤ ਵੱਡਾ ਹੁੰਦਾ। ਹੁਣ ਇਹ ਭਾਸ਼ਾਵਾਂ ਦੇ ਵਿੱਚ ਧਰਮ ਦੀ ਭਾਸ਼ਾ ਬਣਾ ਦਿੱਤੀ ਗਈ ਹੈ। ਹੁਣ ਜੇ ਕਹਿੰਦੇ ਜੀ ਪੰਜਾਬੀ ਸਿੱਖਾਂ ਦੀ ਭਾਸ਼ਾ ਹੈਗੀ, ਜਿਹੜੀ ਪੰਜਾਬੀ ਤਾਂ ਪੰਜਾਬੀਆਂ ਦੀ ਭਾਸ਼ਾ ਜੀ, ਹੁਣ ਸਿੱਖਾਂ ਨਾਲ ਜੋੜਤੀ ਹੈ, ਕਹਿੰਦੇ ਪੰਜਾਬੀ ਤਾਂ ਸਿੱਖਾਂ ਦੀ ਭਾਸ਼ਾ ਹੈਗੀ, ਜਿਹੜੀ ਪੰਜਾਬੀ ਤਾਂ ਪੰਜਾਬੀਆਂ ਦੀ ਭਾਸ਼ਾ। ਅਸਲ ਵਿੱਚ ਪਤਾ ਨੀ ਕੀ ਆਦਤ ਆ ਸਾਡੇ ਲੀਡਰਾਂ ਨੂੰ, ਜਿਹੜੇ ਲੀਡਰ ਅਕਾਲੀ ਹੈਗੇ ਆ, ਉਹ ਜਿਹੜੇ ਮੁੱਦੇ ਪੰਜਾਬ ਦੇ ਹੁੰਦੇ ਉਹਨੂੰ ਆਪਣਾ ਬਣਾ ਕੇ ਦਰਬਾਰ ਸਾਹਿਬ ਦੇ ਗੁਰੂ ਉੱਥੇ ਅਕਾਲ ਤਖ਼ਤ ਲੈ ਗਏ, ਆਪਣਾ ਮੁੱਦਾ ਬਣਾ ਲੈਂਦੇ, ਸਿੱਖਾਂ ਦਾ ਬੜਾ ਬਣਾ ਲੈਂਦੇ ਆ। ਜਿਹੜਾ ਕਿ ਮੁੱਦੇ ਪਾਣੀ ਦਾ ਮੁੱਦਾ ਪੰਜਾਬ ਦਾ ਮੁੱਦਾ ਸੀਗਾ, ਇਹਨਾਂ ਨੇ ਸਿੱਖਾਂ ਦਾ ਮੁੱਦਾ ਬਣਾ ਕੇ ਰੱਖਤਾ। ਜਿਹੜਾ ਕਿ ਮੁੱਦਾ ਪੰਜਾਬ ਦਾ, ਉਹ ਹੋਰ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਿਹੜਾ ਹੈਗਾ ਉਹ ਪੰਜਾਬ ਦਾ ਮੁੱਦਾ ਹੈਗਾ, ਤੇ ਹੋਰ ਬਹੁਤ ਸਾਰੇ ਇਲਾਕੇ ਪੰਜਾਬ ਦਾ ਮੁੱਦਾ ਹੈਗਾ, ਨਾ ਕਿ ਸਿੱਖਾਂ ਦੇ ਮੁੱਦੇ ਨੇ, ਬਹੁਤ ਸਾਰੇ ਮੁੱਦੇ ਨੂੰ ਖਤਮ ਕਰਤਾ। ਇਹ ਪੰਜਾਬੀ ਵੀ ਜਿਹੜਾ ਹੈਗਾ ਉਹ ਪੰਜਾਬ ਦਾ, ਪੰਜਾਬ ਦੀ ਹੈ, ਪੰਜਾਬੀਆਂ ਦੀ ਬੋਲੀ ਹੈਗੀ ਹੈ। ਜ਼ਬਰਦਸਤੀ ਸਿੱਖਾਂ ਨੇ, ਕੁਝ ਸਿੱਖ ਲੋਕ ਜਿਹੜੇ ਹੈਗੇ ਆ, ਥੋੜ ਸੋਚ ਵਾਲੇ ਸਿੱਖ ਲੋਕ ਕਹਿੰਦੇ ਆ ਕਿ ਜੀ ਸਿੱਖਾਂ ਦੀ ਭਾਸ਼ਾ ਹੈਗੀ ਆ, ਹਿੰਦੀ ਨੂੰ ਕਹਿੰਦੇ ਆ ਹਿੰਦੂਆਂ ਦੀ ਭਾਸ਼ਾ ਹੈਗੀ ਆ, ਜਿਹੜੇ ਕਿ ਹਿੰਦੂ ਨੂੰ ਤਾਂ ਬਹੁਤ ਸਾਰੇ ਲੋਕ ਬੋਲਦੇ ਆ, ਮੁਸਲਮਾਨ ਵੀ ਬੋਲਦੇ ਆ। ਜਿਹੜੀ ਉਰਦੂ ਮਾਤਰੀ ਭਾਸ਼ਾ, ਉਰਦੂ ਜਿਹੜੀ ਹੈਗੀ ਆ ਬਹੁਤ ਅਦੀਬ ਅਦਬ ਵਾਲੀ ਭਾਸ਼ਾ ਹੈਗੀ ਆ, ਉਸਦੀ ਹੀ ਤਾਂ ਤਰਜ ਹੈਗੀ ਆ ਹਿੰਦੀ ਵਿੱਚ, ਉਹਦਾ ਕਿਉਂ ਨਾ। ਮਤਲਬ ਉਰਦੂ ਜਿਹੜਾ ਹੈਗਾ ਥੋੜਾ ਜਿਹਾ ਫਰਕ ਹੈਗਾ, ਜੇ ਹੈ ਤਾਂ ਹਿੰਦੀ ਵਾਂਗੂ ਹੀ ਬੋਲਦੇ ਆ, ਤੇ ਲੋਕ ਉਰਦੂ ਨੂੰ ਕਹਿੰਦੇ ਮੁਸਲਮਾਨ ਦੀ ਭਾਸ਼ਾ ਜੀ, ਜਿਹੜੀ ਕਿ ਉਰਦੂ ਬਹੁਤ ਪਿਆਰੀ ਭਾਸ਼ਾ ਹੈਗੀ। ਹਿੰਦੂ ਨੂੰ ਹਿੰਦੂ ਦੀ ਭਾਸ਼ਾ ਕਹਿ ਦਿੰਦੇ ਆ ਜੀ, ਅੰਗਰੇਜ਼ੀ ਨੂੰ ਅੰਗਰੇਜ਼ੀ ਦੀ ਭਾਸ਼ਾ ਕਹਿ ਦਿੰਦੇ ਆ। ਤਾਂ ਮਤਲਬ ਧਰਮਾਂ ਦੇ ਨਾਲ ਨਾ ਜੋੜ ਕੇ ਭਾਸ਼ਾ ਦਾ ਨੁਕਸਾਨ ਬੜਾ ਵੱਡਾ ਹੁੰਦਾ। ਹਿੰਦੀ ਬੜੀ ਪਾਪੂਲਰ ਹੋ ਰਹੀ ਹੈ, ਪਹਿਲਾਂ ਜਦੋਂ ਤੁਸੀਂ ਤਾਂ ਖੈਰ ਤੁਸੀਂ ਸੁਣਿਆ ਹੋਣਾ ਪਹਿਲਾਂ ਬਚਪਨ ਦੇ ਵਿੱਚ, ਪਹਿਲਾਂ ਨਾ ਦੋ ਚਾਰ ਤਿੰਨ ਹੁੰਦੇ ਸੀ ਖੇਤਰੀ ਪਾਦੇ ਹਿੰਦੀ ਦੇ, ਤੇ ਜ਼ਿਆਦਾ ਹੁੰਦੇ ਸੀ ਅੰਗਰੇਜ਼ੀ ਦੇ। ਤੁਸੀਂ ਅੰਗਰੇਜ਼ੀ ਚੈਨਲਾਂ ਦੇ ਬਟਨ ਦੱਬ ਦੱਬਦੇ ਬੜਾ ਔਖਾ ਲੱਭਦੇ ਸੀ ਟੀਵੀ ਚੈਨਲਾਂ ਦੇ ਵਿੱਚੋਂ ਕਿ ਪੰਜਾਬੀ ਜਾਂ ਹਿੰਦੀ ਮਿਲ ਜਾਵੇ ਚੈਨਲ, ਹੈ ਨੀ? ਤੇ ਉਹ ਅੱਜ ਹਾਲਾਤ ਇਹ ਨੇ ਕਿ ਅੱਜ ਪੰਜ ਸੱਤ ਹੀ ਮਿਲਦੇ ਆ ਅੰਗਰੇਜ਼ੀ ਚੈਨਲ, ਬਹੁਤ ਸਾਰੇ ਜਿਹੜੇ ਕਿ ਪੰਜਾਬੀ ਹਿੰਦੀ ਚੈਨਲ ਤੇ ਖੇਤਰੀ ਭਾਸ਼ਾ ਵਾਲੇ ਚੈਨਲ ਆ ਚੁੱਕੇ ਨੇ। ਹੈਰਾਨ ਨੀ ਤੁਸੀਂ ਹੋਵੋਗੇ ਕਿ ਨੈਸ਼ਨਲ ਜੋਗ੍ਰਾਫੀ ਵਰਗੇ ਜਿਹੜੇ ਚੈਨਲ ਹੈਗੇ ਆ, ਡਿਸਕਵਰੀ ਵਰਗੇ ਚੈਨਲ ਹੈਗੇ ਆ, ਉਹ ਹਿੰਦੀ ਚ ਬੜੇ ਵੱਡੇ ਪੱਧਰ ਤੇ ਪ੍ਰੋਗਰਾਮ ਚਲਾ ਰਹੇ ਆ। ਵਾਓ! ਤੇ ਬਹੁਤ ਸਾਰੇ ਚੈਨਲਾਂ ਨੇ ਹਿੰਦੀ ਨੂੰ ਮੜਕੀ ਚਲਾਇਆ, ਖੇਤਰੀ ਭਾਸ਼ਾ। ਬੜੇ ਬੜੇ ਅੰਗਰੇਜ਼ੀ ਦੇ ਐਂਕਰ ਹੈਗੇ ਆ, ਉਹ ਹਿੰਦੀ ਦੇ ਵਿੱਚ ਕਈ ਆਪਣੇ ਪ੍ਰੋਗਰਾਮ ਕਰਦੇ ਆ, ਤੇ ਹਿੰਦੀ ਜਿਹੜੀ ਹੈਗੀ ਆ ਬੜੀ ਅੱਗੇ ਵੱਧ ਫੁੱਲ ਰਹੀ ਆ। ਮੈਂ ਵੈਸੇ ਲੋਕਾਂ ਦੀ, ਮੈਂ ਉਹ ਨਜ਼ਰ ਚ ਨੀ ਆਉਂਦਾ ਕਿ ਸਿਆਸਤ ਖੇਡੀ ਜਾਵੇ, ਮੈਂ ਇੱਕ ਪੱਤਰਕਾਰ ਹਾਂ ਤੇ ਪੱਤਰਕਾਰ ਭਾਸ਼ਾਵਾਂ ਦਾ, ਸਭ ਭਾਸ਼ਾਵਾਂ ਨੂੰ ਸਤਿਕਾਰ ਕਰਦਾ ਹੁੰਦਾ। ਹਿੰਦੀ ਵੀ ਸਾਡੀ ਸਤਿਕਾਰਯੋਗ ਭਾਸ਼ਾ ਹੈਗੀ ਆ, ਉਸ ਨੂੰ ਵੀ ਅਸੀਂ
अपने बाहर नहीं कर सकते। सिर्फ भारत की संपर्क वाली भाषा हिंदी आ, कौमांतरी पद्धर से संपर्क वाली भाषा ज्यादा मुल्क अंग्रेजी है, ज्यादा मुल्क अंग्रेजी है। खेतरी भाषा की पंजाबी मां बोली है, इन पद रखने नहीं कर सकते। जी 905-813-1300 भी सवाल जवाब हो गए, लाइन असं ओपन कर चुके हैं जी 905-813-1320 से अकीदे साहब नाल गलबात की जा सकती है। डॉक्टर दर्शनपाल जी ने कहा है कि कोरपटां अते मोदी सरकारां मिल के किसानां ते कब्जा करन ना चाहुंदी है जी, इहदी की खबर है जी अकीदे साहब? जी असल विच ना जिहड़ा जदों संयुक्त किसान मोर्चे दा वड्डा संघर्ष चलदा दिल्ली दे बार्डरां दे उपर, संघू बार्डर, टिकरी बार्डर वगैरह ते, उस वेले इह आम सी गल के जिहड़ा ਕਿਸਾਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਕਾਰਪੋਰੇਟ ਘਰਾਣੇ ਜੀ, ਤੇ ਹੁਣ ਫਿਰ ਉਹੀ ਬਿਆਨ ਦਿੱਤਾ ਡਾਕਟਰ ਦਰਸ਼ਨਪਾਲ ਨੇ, ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ, ਖਾਸ ਕਰ ਪੰਜਾਬ ਦੇ, ਖਾਸ ਕਰ ਪਟਿਆਲੇ ਤੋਂ ਨੇ, ਉਹ ਸਾਡੇ ਗੁਆਂਢੀ ਨੇ ਮੇਰੇ ਦਾ ਖਿਆਲ, ਤੇ ਉਹ ਉਹਨਾਂ ਨੇ ਇਹ ਗੱਲ ਬਿਆਨ ਦਿੱਤਾ ਹੈਗਾ ਬੜੇ ਵੱਡੇ ਪੱਧਰ ਤੇ ਕਿ ਭਾਰਤ ਸਰਕਾਰ ਬਾਜ ਨਹੀਂ ਆ ਰਹੀ, ਭਾਰਤ ਸਰਕਾਰ ਲਗਾਤਾਰ ਭਾਰਤ ਦੇ ਕਿਸਾਨਾਂ ਨੂੰ ਕਾਰਪੋਰੇਟ ਲੋਕਾਂ ਦੇ ਅਧੀਨ ਕਰਨਾ ਚਾਹੁੰਦੀ ਹੈ, ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿਸਾਨੀ ਦੇ ਆਧਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਕਾਰਪੋਰੇਟਾਂ ਦੇ ਕਬਜ਼ੇ 'ਚ ਕਰਨਾ ਚਾਹੁੰਦੀ ਹੈ ਪੂਰੇ ਪੂਰੇ ਜ਼ਮੀਨੀ ਪੂਰੇ ਸਿਸਟਮ ਨੂੰ, ਜਿਹੜਾ ਕਿ ਖੇਤੀ ਸਿਸਟਮ ਹੈਗਾ, ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। 26 ਸਤੰਬਰ ਨੂੰ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਰਾਸ਼ਟਰਪਤੀ ਦੇ ਨਾਂ 'ਤੇ ਇੱਕ ਮੰਗ ਪੱਤਰ ਦੇਣਾ ਹੈ। ਉਸ ਮੰਗ ਪੱਤਰ ਦੇ ਵਿੱਚ ਅਸੀਂ ਲਿਖਾਂਗੇ ਕਿ ਬਿਜਲੀ ਐਕਟ ਨੂੰ ਰੱਦ ਕੀਤਾ ਜਾਵੇ, MSP ਦੀ ਗਰੰਟੀ ਤੇ ਕਾਨੂੰਨ ਬਣੇ, ਹੋਰ ਕਈ ਸਾਰੇ ਮੁੱਦੇ ਨੇ, ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ, ਇਹੋ ਜਿਹੀਆਂ ਗੱਲਾਂ ਕਰਕੇ ਡਾਕਟਰ ਦਰਸ਼ਨਪਾਲ ਨੇ ਜੀ ਬਿਆਨ ਦਿੱਤਾ। ਜੀ ਕਾਲਰਸ ਕਾਲ ਕਰ ਰਹੇ ਸਨ, ਤੁਸੀਂ ਦੁਬਾਰਾ ਕਾਲ ਕਰ ਲਓ ਜੀ, ਤੁਸੀਂ ਪਲੀਜ਼ 2 ਮਿੰਟ ਹੋਲਡ ਕਰ ਲਿਆ ਕਰੋ, ਤੁਹਾਡੀ ਲਾਈਨ ਅਸੀਂ ਔਨ ਦੀ ਏਅਰ ਜ਼ਰੂਰ ਲਵਾਂਗੇ। 905-813-1320 SGPC ਦੀ ਗੱਲਬਾਤ ਕਰੀਏ ਜੀ, ਜੋ ਸਾਕਾ ਪੰਜਾ ਸਾਹਿਬ ਦੀ ਗੱਲਬਾਤ ਹੋ ਰਹੀ ਹੈ, ਜੋ ਪਾਕਿਸਤਾਨ ਦੀ ਐਮਬੈਸੀ ਦੇ ਨਾਲ ਗੱਲਬਾਤ ਕੀਤੀ ਜਾ ਕੇ ਗੱਲਬਾਤ ਹੋ ਰਹੀ ਹੈ ਜੀ ਵੀਜ਼ਾ ਨੂੰ ਲੈ ਕੇ, ਕਿਉਂਕਿ 100 ਸਾਲ ਸਾਕਾ ਪੰਜਾ ਸਾਹਿਬ ਨੂੰ ਹੋ ਚੁੱਕੇ ਜੀ ਖੁਸ਼ੀ ਮਨਾਉਣ ਨੂੰ। ਆਪਣੇ ਆਪ ਜੀ ਸਾਡੇ ਜਿਹੜੇ ਨਾਲ ਸਿੱਖਾਂ ਦੇ ਨਾਲ ਸੰਬੰਧਿਤ ਖਬਰ ਹੈਗੀ, ਮੈਂ ਤਾਂ ਸਿੱਖਾਂ ਦੇ ਨਾਲ ਸੰਬੰਧਿਤ ਸੀ, ਗੁਰੂ ਨਾਨਕ ਪਾਤਸ਼ਾਹ ਤਾਂ ਸਭ ਦੇ ਸਾਂਝੇ ਸੀਗੇ ਜੀ, ਉਹ ਤਾਂ ਚੀਨ ਦੇ ਵਿੱਚ ਤਾਂ ਨਾਨਕ ਨਾਮਾ ਹੀ ਕਹਿੰਦੇ, ਲਾਮਾ ਕਹਿੰਦੇ ਉਹਨੂੰ ਤਾਂ ਵੱਖੋ ਵੱਖਰੇ ਤਰੀਕੇ ਨਾਲ, ਨਾਨਕ ਸ਼ਾਹ ਫਕੀਰ ਵੀ ਕਹਿੰਦੇ ਆ ਜੀ, ਤੇ ਨਾਨਕ ਸਭ ਦੇ ਸਾਂਝੇ ਸੀਗੇ, ਗੁਰੂ ਨਾਨਕ ਪਾਤਸ਼ਾਹ ਸਭ ਦੇ ਸਾਂਝੇ ਸੀਗੇ, ਤੇ ਉਹਨਾਂ ਨੇ ਪੰਜਾ ਸਾਹਿਬ ਇੱਕ ਦਿਖਾਇਆ ਸੀਗਾ ਉਹਨਾਂ ਨੇ, ਚਲੋ ਪੰਜਾ ਸਾਹਿਬ ਦੀ ਗੱਲ ਸਾਖੀ ਆਉਂਦੀ ਆ, ਉਸ ਨੂੰ 100 ਸਾਲਾਂ ਉਸ ਸ਼ਤਾਬਦੀ ਨੂੰ ਸਾਕਾ ਪੰਜਾ ਸਾਹਿਬ ਹੋਇਆ ਸੀ ਇੱਕ, ਜਿਹੜਾ ਕਿ ਸਾਕਾ ਪੰਜਾ ਸਾਹਿਬ ਦੇ ਵਿੱਚ ਕਾਫੀ ਜਿਹੜੇ ਸਿੰਘਾਂ ਦੇ ਸ਼ਹੀਦੀਆਂ ਹੋਈਆਂ ਸੀਗੀਆਂ ਉਹ ਕਬਜ਼ਾ ਲੈਣ ਵਾਸਤੇ, ਤੇ ਉਹ ਸੰਦਰਭ ਦੇ ਵਿੱਚ ਉਹ ਸ਼ਤਾਬਦੀ ਆ ਰਹੀ ਹੈ ਤੇ ਉਹਨੂੰ ਮਨਾਉਣ ਵਾਸਤੇ ਪਾਕਿਸਤਾਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸ਼ਰਧਾਲੂਆਂ ਲੈ ਕੇ ਜਾਏਗੀ, ਤੇ ਉਸ ਤੋਂ ਵਾਧੂ ਦੀਆਂ ਦੀ ਮੰਗ ਕੀਤੀ ਆ ਪਾਕਿਸਤਾਨ ਦੀ ਸਰਕਾਰ ਵੱਲੋਂ। ਪਾਕਿਸਤਾਨੀ ਰਾਜਦੂਤ ਭਾਰਤ ਵਿੱਚ ਬੈਠਾ ਹੈ ਜੀ, ਭਾਰਤੀ ਸਫੀਰ ਹੈਗਾ, ਪਾਕਿਸਤਾਨੀ ਸਫੀਰ ਹੈਗਾ ਭਾਰਤ ਬੈਠਾ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਫਦ ਮਿਲਿਆ ਦਿੱਲੀ ਦਾ, ਰਵਿੰਦਰ ਸ਼ਰਮਾ ਵਰਗੇ ਬੰਦੇ ਨੇ, ਕਾਫੀ ਸਾਰੇ ਬੰਦੇ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਬਰ ਹੇਠਾਂ ਨੂੰ ਮਿਲੇ ਨੇ, ਤੇ ਬੇਨਤੀ ਕੀਤੀ ਹੈ ਕਿ ਤੁਸੀਂ ਸਾਨੂੰ ਵਾਧੂ ਵਿਜੇ ਦਿਓ, ਇਸ ਵਾਰੀ ਪੰਜਾਬ ਸਾਹਿਬ 'ਚ ਜਾਣਾ ਅਸੀਂ, ਸਾਡੀ 100 ਸਾਲਾ ਸ਼ਤਾਬਦੀ ਹੈਗੀ ਆ, ਇਹ ਮੰਗ ਕੀਤੀ ਆ ਜੀ। 905-813-1320 ਦੇਸੀ ਕੈਨੇਡੀਅਨ ਹਰਬਲ ਸ਼ੈਂਪੂ ਦੇ ਰਾਮਾ ਗਿੱਲ ਜੀ ਵੱਲੋਂ ਇਸ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ, ਤੁਸੀਂ ਇਹ ਸ਼ੈਂਪੂ ਆਪਣੇ ਘਰ 'ਚ ਲੈ ਕੇ ਆ ਸਕਦੇ ਹੋ, ਨਾ ਮੱਥੇ 'ਤੇ ਨਾ ਪਿੰਡੇ 'ਤੇ ਨਾ ਟੱਬ 'ਤੇ ਦਾਗ, 7 ਮਿੰਟਾਂ ਦੇ ਵਿੱਚ ਬਸ ਇਹ ਸ਼ੈਂਪੂ ਨੂੰ ਆਪਣੇ ਵਾਲ ਦੇ ਵਿੱਚ ਲਾਓ, ਐਂਡ 7 ਮਿੰਟਸ ਦੇ ਵਿੱਚ ਤੁਹਾਡੇ ਵਾਲ ਡਾਰਕ ਬਰਾਊਨ ਅਤੇ ਬਲੈਕ ਦੋ ਰੰਗ ਨੇ ਜੀ। ਦੇਸੀ ਕੈਨੇਡੀਅਨ .com ਜਾਂ ਰੀਅਰ ਰਾਮਾ ਗਿੱਲ ਜੀ ਨੂੰ ਕਾਲ ਕਰ ਸਕਦੇ ਹੋ 519-569-9282 NRI ਮੈਰਿਜ ਬਿਊਰੋ ਹਰ ਉਮਰ ਹਰ ਵਰਗ ਦੀ ਵਿਚੋਲਗਿਰੀ ਕਰਦੇ ਨੇ ਜੀ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ ਤਾਂ 6478886000 ਸਾਹਿਬ ਆਓ ਲੈਂਦੇ ਹਾਂ ਫਿਰ ਆਪਾਂ ਪਹਿਲੀ ਕਾਲ, ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਬਾਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਕਾਲਰ, ਰੇਡੀਓ ਪਲੀਜ਼ ਵਾਲੀਅਮ ਪਿੱਛੇ ਘੱਟ ਕਰ। ਸਤਿ ਸ਼੍ਰੀ ਅਕਾਲ ਕਾਲਰ ਜੀ, ਤੁਹਾਡਾ ਰੋਜ਼ ਪ੍ਰੋਗਰਾਮ ਸੁਣਦਾ ਹੁੰਦਾ ਜਦੋਂ ਵੀ ਮੈਂ ਜਾਂਦਾ ਹੁੰਦਾ ਇਸ ਟਾਈਮ, ਬਟ ਕਾਲ ਕਰਨ ਦਾ ਮੌਕਾ ਅੱਜ ਮਿਲਿਆ ਜੀ, ਤੇ ਬੜਾ ਵਧੀਆ ਲੱਗਦਾ ਮੈਨੂੰ ਤੁਹਾਡਾ ਪ੍ਰੋਗਰਾਮ, ਤੇ ਮੋਸਟ ਲਾਈਕਲੀ ਮੈਨੂੰ ਅੱਜ ਮਤਲਬ ਕਈ ਪ੍ਰੋਗਰਾਮ ਹੋਰ ਵੀ ਸੁਣਨਾ, ਬਟ ਜਿਹੜੇ ਤੁਹਾਡੇ
ਆਪਣੇ ਜਰਨਲਿਸਟ ਤੁਹਾਡੇ ਆਉਂਦੇ ਨੇ ਨਾ ਜੀ, ਆਈ ਐਮ ਟੋਟਲੀ ਐਗਰੀਡ. ਮੈਂ ਜਸਟ ਮੈਂ ਬਹੁਤ ਦੇਖਿਆ, ਮਤਲਬ ਸਟ੍ਰੇਟ ਫਾਰਵਰਡ ਗੱਲ ਕਰਨ ਵਾਲੇ ਇਹ ਨੇ, ਲੋਕੀ ਦੋਗਲੀ ਜੀ ਗੱਲ ਕਰਕੇ ਆਪਣਾ ਪਾਸਾ ਬਚਾਉਂਦੇ ਨੇ. ਜਿੱਦਾਂ ਇਹਨਾਂ ਨੇ ਅੱਜ ਭਾਸ਼ਾਵਾਂ ਦੇ ਉੱਤੇ ਬੋਲੇ ਇਹ ਵੀ ਪੰਜਾਬੀ ਭਾਸ਼ਾ ਪੰਜਾਬੀ ਰੇਡੀਓ ਦੀ ਵੋਲਿਊਮ ਪਲੀਜ਼ ਪਿੱਛੋਂ ਘੱਟ ਕਰ ਲਓ, ਪਲੀਜ਼ ਐਕੋ ਆ ਰਹੀ ਹੈ ਸਾਨੂੰ ਵੀਰ. ਹਾਂਜੀ, ਮੈਂ ਚਾਹੁੰਦਾ ਵੀ ਏਦਾਂ ਦੇ ਜਰਨਲਿਸਟ ਹੋਰ ਆਉਣ ਤਾਂ ਕਿ ਜਿਹੜੇ ਆਪਣੀ ਮਤਲਬ ਬੇਸਿਕਲੀ ਸਾਡੀ ਜਿਹੜੀ ਜਨਤਾ ਹੈ ਘੱਟ ਵੱਢ ਕੇ 47 ਦਾ ਨਰਸਿੰਘਾਰ ਦੇਖ ਲੋ ਤੁਸੀਂ. ਜੇ ਪੜ੍ਹੇ ਲਿਖੇ ਅਸੀਂ ਹੁੰਦੇ ਐਜੂਕੇਟਡ ਹੋ ਕੇ, ਮਤਲਬ ਐਜੂਕੇਟਡ ਹੋਣਾ ਇੱਕ ਡਿਫਰੈਂਟ ਗੱਲ ਆ, ਆਪਣੇ ਆਪ ਨੂੰ ਇੰਟਰਨਲੀ ਐਜੂਕੇਟ ਕਰਨ ਵਾਲੇ 10ਵੀਂ ਪਾਸ ਬੰਦਾ ਵੀ ਆਪਣੇ ਆਪ ਨੂੰ ਵਧੀਆ ਐਜੂਕੇਟ ਕਰ ਸਕਦਾ ਜੇ ਉਹ ਆਪਣੀ ਐਜੂਕੇਸ਼ਨ ਨੂੰ ਇੰਪਲੀਮੈਂਟ ਕਰੇ ਲਾਈਫ ਜੀ. ਪੜ੍ਹੇ ਲਿਖੇ ਹੈਗੇ, ਇੰਪਲੀਮੈਂਟੇਸ਼ਨ ਨਹੀਂ ਹੈ. ਸਾਨੂੰ ਪਤਾ ਨੀ ਸਾਡਾ ਹਰ ਵਾਰ ਮੂਰਖ ਬਣਾ ਕੇ, ਕਦੇ ਕੋਈ ਬਾਹਰ ਵਾਲੇ, ਕਦੇ ਹੁਣ ਤਾਂ ਸਾਡੇ ਆਪਣੇ ਪੜ੍ਹ ਵਧਾ ਕੇ ਸਾਨੂੰ ਤੁਰ ਜਾਂਦੇ ਆ. ਮੈਨੂੰ ਇਹਨਾਂ ਦੇ ਵਿਚਾਰ ਬਹੁਤ ਚੰਗੇ ਲੱਗੇ. ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਲੱਗਦਾ ਮੈਨੂੰ ਤੁਹਾਡਾ ਪ੍ਰੋਗਰਾਮ. ਥੈਂਕ ਯੂ ਸੋ ਮਚ ਵੀਰੇ, ਬਹੁਤ ਬਹੁਤ ਧੰਨਵਾਦ. ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ ਜੀ ਥੈਂਕ ਯੂ ਸਰ ਜੀ. ਕਿਤੇ ਸਾਹਿਬ ਹਾਂ ਠੀਕ ਹੈ. ਅਸਲ ਚ ਨਾ ਇਹ ਬਹੁਤ ਸਾਰੇ ਲੋਕ ਇਹ ਸੋਚਦੇ ਆ ਨਾ ਭਾਸ਼ਾਵਾਂ ਨੂੰ ਧਰਮ ਦੇ ਨਾਲ ਨਾ ਜੋੜੇ, ਬਹੁਤ ਸਾਰੇ ਲੋਕ ਸੋਚਦੇ ਆ. ਇਹ ਇਹ ਸੋਚ ਬੜੀ ਵੱਡੀ ਹੈਗੀ ਆ, ਉੱਪਰ ਵੀ ਚਾਹੀਦੀ ਆ ਵੈਸੇ. ਭਾਸ਼ਾਵਾਂ ਨੂੰ ਧਰਮਾਂ ਦੇ ਨਾਲ ਨਾ ਜੋੜੋ. ਹੁਣ ਵੱਡੇ ਪੱਧਰ ਤੇ ਹੁਣ ਪਹਿਲਾਂ ਗੱਲ ਹੋਈ ਜੀ ਸੰਸਕ੍ਰਿਤ ਭਾਸ਼ਾ ਨੂੰ ਉਭਾਰਾਂਗੇ ਜੀ ਆਪਾਂ. ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦਾ ਉਹ ਹਾਰ ਨਾ, ਉਹਦਾ ਪੰਜਾਬੀ ਯੂਨੀਵਰਸਿਟੀ ਹਿੰਦੀ ਵਿਭਾਗ ਦਾ ਉਹ ਹਾਰ ਹੈ ਕਿ ਉੱਥੇ ਇੱਕ ਟੀਚਰ ਰਹਿ ਗਿਆ ਤੇ ਸਿਕੰਦਰ ਨੇ ਉੱਥੇ ਉਹਨਾਂ ਨੇ ਖੋਲੀ ਸੀਗੀ ਇੱਕ ਪਰਸ਼ੁਰਾਮ ਚੇਅਰ, ਉਹ ਵੀ ਖਤਮ ਹੋ ਗਈ, ਬਾਦਲ ਸਾਹਿਬ ਨੇ ਖੋਲੀ ਸੀਗੀ. ਮਤਲਬ ਕਿ ਪਤਾ ਨੀ ਕੀ ਗੱਲ ਹੈ, ਅਸੀਂ ਨਾ ਭਾਸ਼ਾਵਾਂ ਦੇ ਪ੍ਰਤੀ ਨਾ ਧਰਮ ਦੀ ਜਦੋਂ ਗੱਲ ਕਰ ਲੈਂਦੇ ਹਾਂ ਅਰਥ ਜੀ, ਤਾਂ ਭਾਸ਼ਾਵਾਂ ਦਾ ਨੁਕਸਾਨ ਹੁੰਦਾ ਜੀ. ਅਸੀਂ ਜਦੋਂ ਨਾ ਜੀ ਆਪਣਾ ਪੰਜਾਬੀ ਸੂਬਾ ਬਣਨ ਲੱਗਿਆ ਅਰਥ ਜੀ, ਪੰਜਾਬੀ ਸੂਬਾ ਬਣਨ ਲੱਗਿਆ ਤਾਂ ਮਰਦਮ ਸ਼ੁਮਾਰੀ ਵੀ ਹੋਣੀ ਸੀ. ਤਾਂ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੰਦੂ ਲੋਕਾਂ ਨੇ ਇਹ ਇੱਕ ਮੁਹਿੰਮ ਚਲਾਈ ਸੀਗੀ, ਜਿਹੜੇ ਪੰਜਾਬੀ ਸੂਬੇ ਦੇ ਵਿਰੋਧੀ ਸੀਗੇ, ਵੀ ਤੁਸੀਂ ਆਪਣੀ ਭਾਸ਼ਾ ਹਿੰਦੀ ਲਿਖਾਓ. ਸਾਰੇ ਬੋਲਦੇ ਸੀ ਪੰਜਾਬੀ, ਉਹ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਪੰਜਾਬੀ ਬੋਲਦੇ ਸੀਗੇ, ਪਰ ਮਰਦਮਸ਼ੁਮਾਰੀ ਚ ਲਿਖਾਓ ਕਿ ਸਾਡੀ ਭਾਸ਼ਾ ਹਿੰਦੀ ਹੈ ਜੀ, ਸਾਡੀ ਭਾਸ਼ਾ ਹਿੰਦੀ ਬੋਲਦੇ ਹਾਂ. ਉਹ ਰਾਜਨੀਤੀ ਆ ਗਏ ਵਿੱਚ ਦੇ, ਲੋਕਾਂ ਨੇ ਲਿਖਾਈ ਵੀ ਪੰਜਾਬੀ ਬੋਲਣ ਵਾਲੇ ਲੋਕਾਂ ਨੇ ਵੀ ਹਿੰਦੀ ਲਿਖਾ ਦਿੱਤੀ ਸੀਗੀ ਜੀ, ਤੇ ਪਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਮੰਨਿਆ ਵੀ ਸੀਗਾ. ਉਹ ਕਹਿੰਦੇ ਵੀ ਸਾਡੀ ਜਿਹੜੀ ਭਾਸ਼ਾ ਮਾਤਰ ਭਾਸ਼ਾ ਹੈ ਜੀ, ਮਾਂ ਭਾਸ਼ਾ ਉਹ ਪੰਜਾਬੀ, ਅਸੀਂ ਪੰਜਾਬੀ ਨੂੰ ਦਰਕਾਰ ਕਿਵੇਂ ਕਰ ਸਕਦੇ ਹਾਂ. ਸੋ ਪੰਜਾਬੀ ਸੂਬਾ ਬਣਾਉਣਾ, ਪੰਜਾਬੀ ਸੂਬੇ ਬਣਾਉਣ ਦੇ ਵਿੱਚ ਬਹੁਤ ਹਿੱਸਾ ਨਹੀਂ ਹੈਗਾ, ਮੈਂ ਹੱਕ ਨਹੀਂ ਹੈਗਾ ਪੰਜਾਬੀ ਸੂਬੇ ਦੇ ਵਿੱਚ. ਪੰਜਾਬੀ ਤਾਂ ਬਹੁਤ ਵੱਡਾ ਵਿਸ਼ਾਲ ਸੂਬਾ ਸੀਗਾ ਜੀ, ਤੇ ਚੰਡੀਗੜ੍ਹ ਦਿੱਲੀ ਤੋਂ ਲੈ ਕੇ ਜਿਹੜਾ ਕਿ ਪੰਜਾਬ ਸਾਡਾ ਪੰਜਾਬ ਹੀ ਸੀਗਾ ਜੀ, ਹਿਮਾਚਲ ਪ੍ਰਦੇਸ਼ ਪੰਜਾਬ ਸੀ. ਹੁਣ ਇਹਨਾਂ ਪੰਜਾਬੀ ਸੂਬੇ ਦਾ ਪ੍ਰਦਰਸ਼ਨ ਕਰਕੇ ਖੱਟਿਆ ਕੀ ਆ, ਨੀਤੀ ਜੀ ਬਣਾ ਦੀ ਪੰਜਾਬੀ ਸੂਬੀ, ਇਹ ਸੂਬੀ ਬਣ ਕੇ ਰਹਿ ਗਈ ਹੈ ਪੰਜਾਬ ਦੀ, ਤੇ ਇਹਦੇ ਵਿੱਚ ਕੋਈ ਬਹੁਤਾ ਖੁਸ਼ੀ ਹੋਣ ਵਾਲੀ ਗੱਲ ਹੈ ਨੀ. ਤੇ ਸਿਆਸਤ ਜਦੋਂ ਇਹਨਾਂ ਮੁੱਦਿਆਂ ਦੇ ਵਿੱਚ ਆਉਂਦੀ ਹੈ ਤਾਂ ਸਿਆਸਤ ਬੜੇ ਕੰਮ ਕਰ ਪਾਉਂਦੀ ਹੈ. ਜੇਕਰ ਪੰਜਾਬ ਵੱਡਾ ਹੁੰਦਾ ਤਾਂ ਸ਼ਾਇਦ ਅਕਾਲੀ ਰਾਜ ਨਾ ਕਰ ਪਾਉਂਦੇ ਉਹਨਾਂ ਵਾਸਤੇ. ਅਕਾਲੀ ਨੇ ਆਪਣੇ ਰਾਜ ਬਣਾਉਣ ਵਾਸਤੇ ਹੀ ਇਹ ਸੂਬਾ, ਪੰਜਾਬੀ ਸੂਬਾ ਬਣਾਉਣ ਦੀ ਗੱਲ ਕੀਤੀ ਸੀ. ਚਲੋ ਠੀਕ ਆ, ਬਣ ਗਿਆ ਸਾਡਾ ਪੰਜਾਬ, ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਪੰਜਾਬੀ ਨੂੰ ਪਿਆਰ ਕਰਦੇ ਹਾਂ ਜੀ. ਜੀ ਲੈਂਦੇ ਨੈਕਸਟ ਕਾਲ ਔਨ ਦੀ ਏਅਰ. ਸਤਿ ਸ਼੍ਰੀ ਅਕਾਲ ਕਾਲਰ. ਹਾਂਜੀ ਸਤਿ ਸ੍ਰੀ ਅਕਾਲ ਵਿਟਾਸ਼ ਜੀ, ਧੰਨਵਾਦ ਦੇਖਵਾਇਆ ਜੋ ਸਾਨੂੰ ਵੀ ਕਹਿੰਦਾ ਸਾਹਿਬ. ਇਹ ਬੜੀ ਮੰਦਭਾਗੀ ਹੈ ਕਿ ਸਾਨੂੰ ਹਰ ਵੇਲੇ ਪੰਜਾਬੀ ਸੂਬਾ, ਪੰਜਾਬੀ ਬੋਲੀ ਨੂੰ ਹੇਠਾਂ ਕਰਨਾ, ਬਾਕੀ ਜਵਾਨਾਂ ਨੂੰ, ਸਾਰੀਆਂ ਜਵਾਨਾਂ ਪਿਆਰੀਆਂ. ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ, ਪੰਜਾਬ ਵੀ ਕੋਈ ਅੱਜ ਦੀ ਗੱਲ ਨਹੀਂ ਹੈਗੀ. ਇਹ ਤਾਂ ਤੁਸੀਂ ਬੜੇ ਵਿਸਥਾਰ ਨਾਲ ਦੱਸ ਵੀ ਚੁੱਕੇ ਹਾਂ ਕਿਦਾਂ ਜੀ, ਕਿੱਦਾਂ ਸਾਹਿਬ. ਅਤੇ ਬਾਕੀ ਜਿਹੜਾ ਇਹ ਇਹਦਾ ਨਾ ਕੋਈ ਰੌਲਾ ਪਾ ਕੇ ਬਹਿ ਜਾਂਦੇ ਹਮੇਸ਼ਾ ਹੀ ਕਿ ਹਿੰਦੂ ਇੱਥੇ ਹਿੰਦੀ. ਆ ਤੁਸੀਂ ਜਦ ਗੱਲ ਕੀਤੀ 40-52 ਦੀ ਗੱਲ ਆ, ਇਹ ਮੈਂ ਸੀਗੀ ਛੋਟੀ ਪੜ੍ਹਦੀ ਸੀਗੀ, ਮੇਰੇ ਵੀਰੇ ਪੜ੍ਹਾਉਂਦੇ ਸੀਗੇ, ਤਾਂ ਉਸ ਵੇਲੇ ਪਿੰਡਾਂ ਵਿੱਚ ਲੋਕਾਂ ਨੂੰ ਘਰ ਘਰ ਕਹਿ ਕੇ ਕਹਾਉਂਦੇ ਸੀ ਵੀ ਹਿੰਦੀ ਇਹ ਬੋਲੋ. ਉਹਨਾਂ ਨੂੰ ਹਿੰਦੀ ਬੋਲਣੀ ਆਉਂਦੀ ਇੱਕ ਪਾਸੇ ਰਹੇ, ਹੁਣ ਹਿੰਦੀ ਦਾ ਨਾਂ ਦਾ ਵੀ ਨਹੀਂ ਪਤਾ ਸੀਗਾ. ਇਹ ਇੰਨਾ ਇਹਨਾਂ ਨੇ ਜਾਮ ਕੀਤਾ ਹੈਗਾ, ਜਮਾਇਆ ਹਿੰਦੀ ਨੂੰ ਪੰਜਾਬ ਦੇ ਵਿੱਚ. ਨਹੀਂ ਪੰਜਾਬੀ ਤਾਂ ਪੰਜਾਬ ਦੇ ਨਾਂ 'ਤੇ ਸੀਗੀ, ਪੰਜਾਬੀ ਵਿੱਚ ਹਿੰਦੀ ਦਾ ਕੀ ਮਤਲਬ ਸੀ ਜੀ. ਚਲੋ ਠੀਕ ਆ,
ਬੋਲੀ ਬੋਲੋ ਜਿਹੜੀ ਮਰਜ਼ੀ, ਪਰ ਪੰਜਾਬ ਤਾਂ ਪੰਜਾਬੀ ਦੇ ਨਾਂ ਤੇ ਹੈਗੀ ਸੀ, ਨਾ ਇਹ ਸਿੱਖਾਂ ਦੀ ਨਾ ਕਿਸੇ ਹੋਰ ਦੀ, ਇਹ ਤਾਂ ਇਕੱਲੇ ਪੰਜਾਬ ਦਾ ਨਾਂ ਹੀ ਪੰਜਾਬ ਦੇ ਪੰਜਾਬੀ ਤੇ ਹੈਗਾ, ਇਹਨੂੰ ਕਿੱਦਾਂ ਤੁਸੀਂ ਵੱਖਰੀ ਕਰ ਸਕਦੇ ਸੀ? ਇਹ ਨੀ ਸਮਝ ਲੱਗਦੀ ਕਿ ਪੰਜਾਬੀ ਨੂੰ ਕਿਉਂ ਇੰਨਾ ਇੰਨਾ ਪਿੱਛੇ ਖਿੱਚਣਾ, ਪੰਜਾਬੀ ਕੋਈ ਮਾੜੀ, ਇਹਨੇ ਪੇਂਡੂ ਬੋਲੀ ਕਿਹਾ ਜਾਂਦਾ, ਕੀ ਇਹ ਪੇਂਡੂਆਂ ਦੀ ਕਿੱਦਾਂ ਹੋ ਸਕਦੀ? ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਪੰਜ ਦਰਿਆ ਵਗਦੇ ਸੀਗੇ, ਤਾਂ ਬੋਲੀ ਬੜੀ ਮਹਾਨ ਬੋਲੀ ਹੈਗੀ ਆ, ਉਹ ਕੋਈ ਐਵੇਂ ਉੱਦਾਂ ਬੜੀ ਉੜਦੀ ਫਿਰਦੀ ਬੋਲੀ ਥੋੜੀ ਹੈਗੀ ਆ, ਨਾ ਇਹ ਕਦੇ ਮਰੂਗੀ ਨਾ ਕਦੇ ਮਰਨ ਦੇਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ ਮਿਸਿਸ ਕੀਤਾ, ਥੈਂਕ ਯੂ ਸੋ ਸੋਰੀ ਮਿਸਿਸ ਗੋਸਵਾ, ਥੈਂਕ ਯੂ ਸੋ ਮਚ ਕੀਤਾ ਸਾਹਿਬ ਜੀ। ਪੰਜਾਬੀ ਬਹੁਤ ਅੱਗੇ ਜਾ ਰਹੀ ਹੈ ਸਾਡੇ ਕੈਨੇਡਾ ਸ਼ਹਿਰ ਦੇ ਵਿੱਚ, ਤੀਜੇ ਨੰਬਰ ਤੇ ਆਈ ਥਿੰਕ ਪੰਜਾਬੀ ਬਾਪ ਬੋਲੀ। ਇੱਥੇ ਨਾ ਮਰਦਸ਼ੁਮਾਰੀ ਹੁੰਦੀ ਹੈ ਜੀ ਕਿੱਦਾਂ ਸਾਹਿਬ, ਇੱਥੇ ਨਾ ਹਰ ਇੱਕ ਸਾਲ ਆਪਾਂ ਸੈਂਸਸ ਕਹਿੰਦੇ ਆ, ਹਰ ਇੱਕ ਘਰ ਦੇ ਵਿੱਚ ਉਹ ਜਾਂਦੀ ਹੈ ਪੈਂਫਲੇਟ, ਅਤੇ ਵੱਡੇ ਅੰਕੜੇ ਪੰਜਾਬੀ ਸਾਹਮਣੇ ਆਈ ਹੈ ਜੀ। ਅਸੀਂ ਸਾਰੇ ਲੈਂਗੁਏਜਸ ਦਾ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕੋਈ ਕਿਸੇ ਨੂੰ ਵਾਂਝਾ ਨਹੀਂ ਕਰ ਰਿਹਾ, ਕੋਈ ਕਿਸੇ ਨੂੰ ਪਿੱਛੇ ਨਹੀਂ ਕਰ ਰਿਹਾ ਜੀ ਮਿਸਿਸ ਗੋਸਲ, ਸਾਰੇ ਇੱਕ ਬਰਾਬਰ ਜਿਹੀ, ਅਸੀਂ ਸਾਰੇ ਜਿਹੜੀ ਲੈਂਗੁਏਜ ਤੁਸੀਂ ਬੋਲਣਾ ਚਾਹੁੰਦੇ ਹੋ ਜੀ ਸੱਦ ਕੇ ਬੋਲੋ। ਮੈਂ ਆਪਣੇ ਗੇਮ ਸ਼ੋਅ ਦੇ ਵਿੱਚ ਅੱਗੇ ਸਾਹਿਬ 1 ਮਿੰਟ ਨੋ ਇੰਗਲਿਸ਼ ਖੇਡਦਾ ਜੀ, ਕਿ 1 ਮਿੰਟ ਦੇ ਵਿੱਚ ਤੁਸੀਂ ਹਿੰਦੀ ਬੋਲੋ, ਪੰਜਾਬੀ ਬੋਲੋ, ਪਰੰਤੂ ਇੰਗਲਿਸ਼ ਦਾ ਇੱਕ ਲਫ਼ਜ਼ ਨਹੀਂ ਬੋਲਣਾ, ਕਿਉਂਕਿ ਆਪਾਂ ਪੰਜਾਬੀ ਮਾਂ ਬੋਲੀ ਨੂੰ, ਹਿੰਦੀ ਮਾਂ ਬੋਲੀ ਨੂੰ ਆਪਾਂ ਬਰਕਰਾਰ ਰੱਖਣਾ ਆ, ਵਾਂਝਾ ਨਹੀਂ ਕਰਨਾ। ਸੋ ਇਹ ਇੱਕ ਆਪਣੀ ਕਾਫੀ ਟਾਈਮ ਅੰਜੂ ਜੀ ਨੇ ਸ਼ੁਰੂ ਕੀਤੀ ਸੀ, ਬਸ ਮੈਂ ਇਸ ਨੂੰ ਹੋਰ ਮੋਡੀਫਾਈ ਕਰਕੇ ਇਸ ਨੂੰ ਆਪਾਂ ਪੇਸ਼ ਕਰਦੇ ਹਾਂ ਐਵਰੀ ਸੈਟਰਡੇ ਸੰਡੇ। ਸੋ ਕੁੱਲ ਮਿਲਾ ਕੇ ਆਓ ਫਿਰ ਹੁਣ ਆਖਰੀ ਖਬਰ, ਫਿਰ ਸਾਡੇ ਕੋਲ ਟਾਈਮ ਓਨਾ ਹੀ ਜੀ। ਕਿੱਦਾਂ ਸਾਹਿਬ, ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਸੈਕਟਰੀ ਰਹਿਣਗੇ ਜੀ BCCI ਬੋਰਡ ਦੇ, ਅਤੇ ਸੌਰਵ ਗਾਂਗੁਲੀ ਜੀ ਪ੍ਰੈਜ਼ੀਡੈਂਟ ਰਹਿਣਗੇ। ਸੁਪਰੀਮ ਕੋਰਟ ਨੇ ਦਿੱਤਾ ਜੀ ਇਸ ਨੂੰ ਗ੍ਰੀਨ ਸਿਗਨਲ। BCCI ਨੇ ਅਸਲ 'ਚ ਰਿਟ ਪਾਈ ਸੀਗੀ ਵੀ ਜਿਹੜਾ ਨਾ ਪਹਿਲਾਂ ਸੀਗਾ ਵੀ ਜਿਹੜਾ ਇੱਕ ਵਾਰੀ ਬੰਦਾ ਬਣ ਗਿਆ ਪ੍ਰਧਾਨ ਤੇ ਸੈਕਟਰੀ, ਉਹ ਦੁਬਾਰਾ ਨਹੀਂ ਬਣ ਸਕਦਾ BCCI ਦਾ, ਤੇ ਉਹ ਏਦਾਂ ਦੀ ਕੋਈ ਇਹਨਾਂ ਨੇ ਫਿਰ ਇਹਨਾਂ ਨੇ ਕੋਈ ਕਲੀਨ ਜਿਹੜਾ ਕਿ ਬਣਾਇਆ ਸੀਗਾ, ਕੋਈ ਕਲੀਨ ਸਿਸਟਮ ਬਣਾਇਆ ਸੀਗਾ ਉਸ ਸੰਦਰਭ ਦੇ ਵਿੱਚ ਇਹਨਾਂ ਨੇ ਜੀ, ਫਿਰ ਉਹ ਇਹਨਾਂ ਨੇ ਅਮਿਤ ਸ਼ਾਹ ਦਾ ਮੁੰਡਾ ਕੀ ਹੈਗਾ, ਅਮਿਤ ਸ਼ਾਹ ਦੇ ਮੁੰਡੇ ਨੂੰ ਕੌਣ ਜੁਰਤ ਆ ਕਿਸੇ ਬੰਦੇ ਦੀ ਕਿ ਉਹਨੂੰ ਚ ਬਾਹਰ ਕੱਢ ਦੇਗਾ ਜੀ। ਪਹਿਲਾਂ ਗੁਜਰਾਤ ਚ ਰਿਹਾ ਜੀ, 2013 ਤੋਂ ਗੁਜਰਾਤ ਵਿੱਚ ਰਿਹਾ ਜੀ, ਉੱਤੇ ਹੁਣ ਜੀ ਉਹ ਫਿਰ 2019 ਤੋਂ ਜਨਰਲ ਸੈਕਟਰੀ ਆ ਜੀ BCCI ਦਾ, ਭਾਰਤੀ ਕ੍ਰਿਕਟ ਟੀਮ ਦਾ BCCI ਬੜਾ ਵੱਡਾ ਹੁੰਦੀ ਹੈ ਜੀ, ਉਹ ਆਪਣੀ ਮਨਮਰਜ਼ੀ ਨਾਲ ਜਿਹਨੂੰ ਮਰਜ਼ੀ ਪਿਛਲੀ ਏਸ਼ੀਆ ਕੱਪ ਦੇ ਵਿੱਚ ਉਹਨਾਂ ਨੇ ਇੱਕ ਮੁਸਲਮਾਨ ਸੀਗਾ ਸ਼ਮੀ, ਮੁਹੰਮਦ ਸ਼ਮੀ, ਉਹਨੂੰ ਬਾਹਰੇ ਕੱਢਦਾ ਸੀਗਾ, ਤੇ ਬੁਰਾ ਉਹ ਬਹੁਤ ਚਰਚਾ ਹੋਈ ਹੈ ਜੀ। ਅਰਸ਼ਦੀਪ ਦੇ ਖਿਲਾਫ਼ ਬੜੇ ਟ੍ਰੋਲ ਹੋਇਆ ਜੀ, ਬੋਲੀ ਤੱਕ ਨਹੀਂ ਜੀ ਹੋਇਆ ਜੀ, ਉਹ ਅਰਸ਼ਦੀਪ ਕਹਿੰਦੇ ਵੀ ਖਾਲਿਸਤਾਨੀ ਆ, ਤੇ ਹੁਣ ਅਸਲ 'ਚ ਉਹ ਇਹਨਾਂ ਦੀ BCCI ਦੀ ਗੱਲ ਨਾ ਮੰਨਦੇ ਹੋਏ ਸੁਪਰੀਮ ਕੋਰਟ ਨੇ ਇਹ ਫੈਸਲਾ ਕਰਤਾ ਕਿ ਨਹੀਂ ਤੁਸੀਂ ਇਹ ਜਿਹੜਾ ਕਿ ਦੁਬਾਰਾ ਪ੍ਰਧਾਨ ਬਣ ਸਕਦੇ ਆ। ਹੁਣ 6 ਸਾਲ ਤੱਕ ਪ੍ਰਧਾਨ ਸੌਰਵ ਗਾਂਗੁਲੀ ਪ੍ਰਧਾਨ ਤੇ ਜੈ ਸ਼ਾਹ ਅਮਿਤ ਸ਼ਾਹ ਦਾ ਮੁੰਡਾ ਸਕੱਤਰ ਰਹਿ ਸਕਦੇ ਆ ਜੀ BCCI ਦੇ, ਕ੍ਰਿਕਟ ਬੋਰਡ ਦੇ ਰਹਿ ਸਕਦੇ ਆ ਜੀ। ਇਹ ਆਪਣੇ ਆਪ 'ਚ ਇੱਕ ਵਧੀਆ ਜਦੋਂ ਅਨੋਖਾ ਜਿਹਾ ਕੇਸ ਹੈਗਾ, ਤੇ ਇਹ ਸਰਕਾਰ ਆ ਹੁਣ ਜਿਹੜੀ ਹੈਗੀ ਆ ਜੀ, ਕੀ ਜ਼ਰੂਰਤ ਹੈਗੀ ਆ ਜੀ ਕਿ ਸਰਕਾਰ ਨੂੰ ਕੋਈ ਅੱਖ ਵੀ ਚਮਕ ਦੇਵੇ ਇੱਧਰ ਜੀ। ਜੀ ਅਕਿਦਰ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਖੁੱਲ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਜੀ, ਥੈਂਕ ਯੂ ਸੋ ਮਚ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।